نحمده ونصلي على رسوله الكريم اما بعد اعوذ بالله من الشيطان الرجيم بسم الله الرحمن الرحيم الصلاة والسلام عليك يا سيدي يا رسول الله وعلى آلك وصحابك يا سيدي يا حبيب الله قابل سعادت احترام عزیز طلباء آج دی اللہ پیتی قرآن تھراپی تے محمد صلی اللہ علیہ وسلم دے روحانی علاج دے سلسلے دی نشست وچ اندر آتے دا علاج دسنے آ صبح شام سورۃ فاتحہ 40 واری پانی تے دم کر کے ਇੰਦੇ ਰੋਵਲ ਆਹ ਦਰੋਸ਼ਰੀ ਪੜੋ ਹਰ ਮਰਤਬਾ ਬਿਸਮਿਲ੍ਲਾ ਸ਼ਰੀਫ ਲਾਜ਼ਮੀ ਪੜੋ ਤੇ ਵਕਫੇ ਵਕਫੇ ਨਾ ਜਾਨਦਾਰ ਦਾ ਸਦਕਾ ਦਿੰਦੇ ਰਹੋ ਅੱਖਾਂ ਵਿੱਚ ਸ਼ਹਿਦ ਸਲਾਈ ਨਾਲ ਚਾਰ ਪੰਜ ਵਾਰੀ ਦਿਹਾੜੀ ਲਾਉਂਦੇ ਰਹੋ ਔਰ ਸਜਦਾ ਜਿਹੜਾ ਨਮਾਜ਼ ਦੇ ਅੰਦਰ ਲੰਮਾ ਕਰੋ ਕਿਆਮ ਵੀ ਲੰਮਾ ਕਰੋ ਰੁਕੂ ਵੀ ਲੰਮਾ ਕਰੋ ਦੂਸਰਾ ਹੈ ਕਿ ਮੇਥੀ ਦਾਣਾ ਔਰ ਕਲਵੰਜੀ ਹਮ ਵਜ਼ਨ ਲੈ ਕੇ ਇਹ ਮੋਟੀ ਮੋਟੀ ਕੁੱਟ ਕੇ ਰੱਖ ਲਓ ਰਾਤ ਨੂੰ ਕੱਚੇ ਬਰਤਨ ਜਾਂ ਸ਼ੀਸ਼ੇ ਦੇ ਬਰਤਨ 'ਚ 3 ਚਮਚ ਸਫੂ ਪਾਣੀ 'ਚ ਭੇਜ ਦਿਓ ਸਵੇਰ ਖਾਲੀ ਪੇਟ ਮਸਲ ਕੇ ਉਹਨਾਂ ਨੂੰ ਪੀ ਲਓ ਇਸੇ ਤਰ੍ਹਾਂ ਸਵੇਰ ਪੀ ਦਿਓ ਅਸਰ ਦੇ ਨਮਾਜ਼ ਦੇ ਵਕਤ ਪੀ ਲਓ ਦੂਸਰਾ ਹੈ ਕਿ ਸਵੇਰ ਸ਼ਾਮ ਚੰਦ ਮਿੰਟ ਮੁਰਾਕਬਾ ਜ਼ਰੂਰ ਕਰੋ ਅੱਲਾ ਸ਼ਾਫੀ ਦੇ ਨੂਰ ਨੂੰ ਆਪਣੀਆਂ ਅੱਖਾਂ 'ਚ ਜਜ਼ਬ ਹੁੰਦਾ ਮਹਿਸੂਸ ਕਰੋ ਚੌਥਾ ਹੈ ਕਿ ਖੁਸ਼ਕ ਮੇਵਾ ਜਾਤ ਮਸਲਨ ਅਖਰੋਟ ਪਿਸਤਾ ਮੂੰਗਫਲੀ ਚਲਗੋਜ਼ਾ ਅੰਜੀਰ ਬਦਾਮ ਪਾਲਕ ਮੌਸਮੀ ਫਲ ਹਲਦੀ ਗਾਜਰ ਮੱਛੀ ਕੇਵੀ ਫਰੂਟ ਟਮਾਟਰ ਕੱਦੂ ਰੋਗਨ ਜ਼ੈਤੂਨ ਤੁਰਸ਼ ਫਲ ਸ਼ਕਰਕੰਦੀ ਤਫੀਲ ਮੁਰਗੇ ਦਾ ਗੋਸ਼ਤ ਜਿਹੜਾ ਆਮ ਮੁਰਗਿਆਂ ਤੋਂ ਬੜਾ ਹੁੰਦਾ ਸ਼ਿਮਲਾ ਮਿਰਚ ਫੁੱਲ ਗੋਭੀ ਬੰਦ ਗੋਭੀ ਕੇਲਾ ਨਾਸ਼ਪਾਤੀ ਆਂਡੇ ਬਲਿਊਬੈਰੀਜ਼ ਦੁੱਧ ਸਬਜ਼ ਪੱਤੇ ਵਾਲੀਆਂ ਸਬਜ਼ੀਆਂ ਪੀਲੀ ਸਬਜ਼ੀਆਂ ਬਰੋਕਲੀ ਨਾਰੰਜੀ ਅੰਬ ਲਾਲ ਔਰ ਕਾਲੀ ਮਿਰਚ ਦਾ ਇਸਤੇਮਾਲ ਰੋਜ਼ਾਨਾ ਇਹ ਚੀਜ਼ਾਂ ਸਾਰੀਆਂ ਅਕਸਰ ਇਸਤੇਮਾਲ ਜ਼ਿਆਦਾ ਜ਼ਿਆਦਾ ਕਰੋ ਅਤੇ ਰੋਜ਼ਾਨਾ 7 ਗਲਾਸ ਜ਼ਮੀਨੀ ਪਾਣੀ ਕੱਚੇ ਪੜੇ ਘੜੇ 'ਚ ਜਿਹੜਾ ਰੱਖਿਆ ਹੋਵੇ ਉਹ ਪੀਓ ਅਤੇ ਪੁਖਤਾ ਯਕੀਨ ਨਾ ਇਲਾਜ ਦਾ ਸ਼ਵਾ ਜਾਰੀ ਰੱਖੋ ਇਨਸ਼ਾ ਅੱਲਾਹ ਪਾਕ ਅਧਰਾਤੇ ਤੋਂ ਸ਼ਿਫਾ ਤਾ ਫਰਮਾਉਣਗੇ ਅੱਲਾਹ ਸੁਣ ਦੀ ਬਾਰਗਾਹ ਦਿਲ ਦੀ ਗਹਿਰਾਈਆਂ 'ਚ ਦੁਆ ਇੱਕ ਅੱਲਾਹ ਸੁਣਿਆ ਆਪਣੇ ਪਿਆਰੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦਾ ਸਦਕਾ ਬਿਲਾ ਇੰਤਿਹਾ ਤਮਾਮ ਬਿਮਾਰਾਂ ਨੂੰ ਸ਼ਿਫਾ ਕਾਮਲਾ ਅਜਲਾ ਤਾ ਫਰਮਾਏ ਅੱਲਾਹੁ ਅਕਬਰ ਕਬੀਰਾ